ये चमकी का आटा मिक्स है मेरी मेरी रेसिपी है भी खराब करी हमने। हेलो फ्रेंड्स, वेलकम टू अनदर व्लॉग। और सारे सुनाओ ਤੁਹਾਡਾ ਕੀ ਹਾਲ ਚਾਲ ਆ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੀ ਹੋਵੋਗੇ। ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਇੱਕ ਬਹੁਤ ਹੀ ਵਧੀਆ ਰੈਸਪੀ। ਤੇ ਇਹ ਰੈਸਪੀ ਤੁਸੀਂ ਬਚਪਨ ਵਿੱਚ ਜ਼ਰੂਰ ਖਾਂਦੇ ਹੋਵੋਗੇ, ਹੁਣ ਵੀ ਖਾਂਦੇ ਹੋਵੋਗੇ ਵੈਸੇ। ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਮਿੱਠੀਆਂ ਰੋਟੀਆਂ, ਗੁੜ ਵਾਲੀਆਂ ਮੱਠੀਆਂ ਨਹੀਂ, ਇਹ ਆਪਾਂ ਬਣਾਵਾਂਗੇ ਰੋਟੀਆਂ। ਉੱਦਾਂ ਹੁਣ ਅੱਜ ਕੱਲ੍ਹ ਜਿਹੜੇ ਹੋਲੀਆਂ ਤੋਂ ਬਾਅਦ ਮੰਗਲ ਪੂਜਦੇ ਆ ਲੋਕ, ਅਸੀਂ ਤਾਂ ਨਹੀਂ ਪੂਜਦੇ ਵੈਸੇ, ਕਈ ਪੂਜਦੇ ਆ। ਅਤੇ ਉਹ ਜਿਹੜੀਆਂ ਮਿੱਠੀਆਂ ਰੋਟੀਆਂ ਬਣਾਉਂਦੇ ਆ ਉਹਨਾਂ ਦੀ ਰੈਸਪੀ ਮੈਂ ਅੱਜ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਲੱਗੀ ਹਾਂ। ਅੱਜ ਸਾਡਾ ਦਿਲ ਕਰਦਾ ਸੀ ਕਿ ਅਸੀਂ ਵੀ ਅੱਜ ਮਿੱਠੀਆਂ ਰੋਟੀਆਂ ਖਾ ਲਈਏ, ਅਤੇ ਮੈਂ ਸੋਚਿਆ ਕਿ ਕਿਉਂ ਨਾ ਮਿੱਠੀਆਂ ਰੋਟੀਆਂ ਖਾਣੀਆਂ ਤਾਂ ਹੈ ਨਹੀਂ, ਆਪਾਂ ਬਣਾਉਣੀਆਂ ਵੀ ਆ, ਅਤੇ ਤੁਹਾਡੇ ਸਾਰਿਆਂ ਨਾਲ ਵੀ ਸ਼ੇਅਰ ਕਰਦੇ ਹਾਂ ਕਿ ਇਹ ਆਪਾਂ ਰੈਸਪੀ ਕਿਵੇਂ ਬਣਾਉਣੀ ਆ। ਜੀ ਇਹਦੇ ਵਿੱਚ ਆਪਾਂ ਗੁੜ ਲੈ ਲਿਆ ਵਾ, ਗੁੜ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਆ, ਪਰ ਜਿਹੜਾ ਸਿੰਪਲ ਗੁੜ ਹੁੰਦਾ ਉਹ ਹੀ ਮਿੱਠੀਆਂ ਰੋਟੀਆਂ ਬਣਾਉਣ ਵਿੱਚ ਵਧੀਆ ਹੁੰਦਾ ਵਾ। ਅਤੇ ਗੁੜ ਨੂੰ ਮੈਂ ਚੰਗੇ ਤਰੀਕੇ ਨਾਲ ਕੁੱਟ ਲਿਆ ਵਾ ਇਹਨਾਂ ਨੂੰ, ਇਹਨੂੰ ਗੁੜ ਨੂੰ, ਅਤੇ ਇੱਕ ਡੋਂਗੇ ਵਿੱਚ ਪਾ ਲਿਆ। ਆਟਾ ਲੈ ਲਿਆ ਆਪਾਂ, ਸੌਂਫ ਲੈ ਲਈਆ, ਘਿਓ ਲੈ ਲਿਆ ਦੇਸੀ, ਅਤੇ ਪਾਣੀ ਦਾ ਇੱਕ ਗਲਾਸ ਲੈ ਲਿਆ। ਅਤੇ ਹੁਣ ਇਹ ਜਿਹੜਾ ਗੁੜ ਵਾ ਇਹਦੇ ਵਿੱਚ ਆਪਾਂ ਨੋਰਮਲੀ ਪਾਉਣ ਲੱਗੀ, ਮੈਂ ਗਰਮ ਪਾਣੀ ਨਹੀਂ ਪਾਉਣ ਲੱਗੀ ਕਿਉਂਕਿ ਮੈਲਟ ਤਾਂ ਗੁੜ ਨੇ ਹੋ ਹੀ ਜਾਣਾ। ਇੱਕ ਗਲਾਸ ਆਪਾਂ ਪਾਣੀ ਪਾ ਕੇ ਇਹਨੂੰ, ਇਹ ਦੇਖੋ ਇੱਕ ਗਲਾਸ ਹੀ ਪਾਇਆ ਮੈਂ, ਅਤੇ ਇਹਨੂੰ ਹੁਣ ਆਪਾਂ 5-10 ਮਿੰਟ ਵਾਸਤੇ ਇੱਦੀ ਛੱਡ ਦਿੰਦੇ ਹਾਂ, ਅਤੇ ਉਸ ਤੋਂ ਬਾਅਦ ਇਹਨੂੰ ਆਪਾਂ ਘੋਲ ਲਾਂਗੇ, ਅਤੇ ਇਹ ਸਾਰਾ ਗੁੜ ਜਿਹੜਾ ਮੈਲਟ ਹੋ ਜੂਗਾ। ਅਤੇ ਇਸ ਤੋਂ ਬਾਅਦ ਇਹਨੂੰ ਆਪਾਂ ਫਿਰ ਛਾਣ ਲਾਂਗੇ, ਕਿਉਂਕਿ ਇਹਦੇ ਵਿੱਚ ਕੁਛ ਵੀ ਹੋ ਸਕਦਾ ਗੁੜ ਵਿੱਚ, ਇਸ ਲਈ ਆਪਾਂ ਗੁੜ ਨੂੰ ਛਾਣਨਾ ਜ਼ਰੂਰ ਵਾ ਪਾਣੀ ਨੂੰ। ਟਾਈਮ ਦੇ ਪੇਪਰ ਚੱਲੀ ਜਾਂਦੇ ਆ, ਅਤੇ ਸਿਰਫ ਇੱਕ ਪੇਪਰ ਰਹਿ ਗਿਆ ਕੱਲ੍ਹ ਦਾ, ਅਤੇ ਉਸ ਤੋਂ ਬਾਅਦ ਇਹ ਘਰ ਹੀ ਆ, ਫਰੀ ਆ, ਹੈ ਨਾ। ਫਿਰ ਤਾਂ ਰਿਜ਼ਲਟ ਦੀ ਟੈਨਸ਼ਨ ਆ, ਦੇਖਦੇ ਹਾਂ ਰਿਜ਼ਲਟ ਵਿੱਚ ਕੀ ਆਉਂਦਾ ਇਹਦਾ। ਪੂਰੇ ਹੋਣਗੇ ਜਨਾ ਇਹ, ਫਿਰ ਠੀਕ ਆ, ਫਿਰ ਜੋ ਮੈਂ ਕਹੂੰਗੀ ਉਹ ਤੂੰ ਕਰਨਾ, ਠੀਕ ਓਕੇ। ਅਤੇ ਜੇ ਤੂੰ ਵਧੀਆ ਨੰਬਰ ਲੈ ਕੇ ਪਾਸ ਹੋ ਗਈ ਫਿਰ ਤੁਹਾਡੇ ਵਾਸਤੇ ਗਿਫਟ। ਹੁਣ ਆਪਾਂ ਗੁੜ ਨੂੰ ਜਿਹੜਾ ਮੈਲਟ ਕਰ ਲੈਂਦੇ ਹਾਂ, ਦੇਖੋ ਚਮਚ ਲੈ ਲਿਓ ਇੱਕ, ਤੁਸੀਂ ਹੱਥ ਨਾਲ ਵੀ ਕਰ ਸਕਦੇ ਹਾਂ, ਆਪਣੇ ਹੈਂਡ ਨੂੰ ਚੰਗੇ ਤਰੀਕੇ ਨਾਲ ਵਾਸ਼ ਕਰ ਲਓ, ਅਤੇ ਉਸ ਤੋਂ ਬਾਅਦ ਇਹਨੂੰ ਹੱਥ ਨਾਲ ਤੁਸੀਂ ਮਲ ਵੀ ਸਕਦੇ ਹਾਂ, ਅਤੇ ਆਪਾਂ ਇਹਨੂੰ ਚਮਚ ਨਾਲ ਕਰਦੇ ਹਾਂ ਗੁੜ ਨੂੰ। ਬਸ ਇਸ ਤਰੀਕੇ ਨਾਲ ਤੁਸੀਂ ਮਿਕਸ ਕਰੀਏ ਉਹ, ਅਤੇ ਸਾਰਾ ਗੁੜ ਜਿਹੜਾ ਮੈਲਟ ਹੋ ਜੂਗਾ, ਅਤੇ ਉਸ ਤੋਂ ਬਾਅਦ ਆਪਾਂ ਪਾਣੀ ਨੂੰ ਛਾਣ ਲਾਂਗੇ। ਭੂਆ ਕੀ ਕਰੀ ਜਾਂਦੀ ਆ? ਪੇਪਰ ਹੋ ਗਏ ਸਾਰੇ, ਕੇਕ ਰਹਿ ਗਿਆ। ਅੱਛਾ ਇੱਕ ਹੀ ਰਹਿ ਗਿਆ ਫਿਰ ਤੇਰਾ, ਹੈ ਨਾ। ਚੱਲ ਠੀਕ ਆ, ਕੀ ਦੇਖੀ ਜਾਂਦੀ ਆ ਟੀਵੀ 'ਤੇ? ਆਹ ਦੇਖੀ ਜਾਂਦੀ ਆ ਜਿਹੜਾ ਕਰ ਲਿਆ ਆਪਾਂ ਰੈਡੀ ਸਾਰਾ ਗੁੜ ਜਿਹੜਾ, ਵੇਖੋ ਮੈਲਟ ਹੋ ਚੁੱਕਿਆ ਵਾ। ਅਤੇ ਹੁਣ ਇਹਨੂੰ ਆਪਾਂ ਇੱਕ ਜੱਗ ਵਿੱਚ ਛਾਣ ਲੈਂਦੇ ਹਾਂ। ਕਿਨਾਰੇ ਵਿੱਚ ਕਚਰਾ ਆ ਸੀ ਨਾ, ਇਸ ਲਈ ਹਮੇਸ਼ਾ ਪਾਣੀ ਨੂੰ ਛਾਣ ਕੇ ਹੀ ਆਟਾ ਗੁੰਨੋ। ਅਤੇ ਹੁਣ ਆਪਾਂ ਆਟਾ ਗੁੰਨਦੇ ਹਾਂ। ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਮੋਣ ਪਾਵਾਂਗੇ, ਇਹਦੇ ਨਾਲ ਕੀ ਹੋ ਗਿਆ ਆਪਣੀ ਰੋਟੀ ਜਿਹੜੀ ਸੌਫਟ ਬਣੂਗੀ। ਪਹਿਲਾਂ ਆਪਾਂ 3-4 ਚਮਚ ਘਿਓ ਦੇ ਪਾ ਦਿੰਦੇ ਹਾਂ ਵਿੱਚ, ਅਤੇ ਹੁਣ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਆਟੇ ਨੂੰ ਮਸਲ ਲਾਂਗੇ, ਤਾਂ ਕਿ ਜਿਹੜਾ ਆਪਣਾ ਆਟਾ ਸਾਰਾ ਘਿਓ ਵਿੱਚ ਮਿਕਸ ਹੋ ਜਾਵੇ। ਅਤੇ ਲਓ ਜੀ ਇਹਨੂੰ ਤੁਸੀਂ ਦੋ ਹੱਥਾਂ ਨਾਲ ਇਸ ਤਰੀਕੇ ਨਾਲ ਮਿਕਸ ਕਰ ਲਿਓ, ਫਿਰ ਵਧੀਆ ਮਿਕਸ ਹੋ ਜਾਂਦਾ ਵਾ ਘਿਓ ਜਿਹੜਾ ਆਟੇ 'ਚ। ਇੱਕ ਹੱਥ ਨਾਲ ਨਹੀਂ ਸਹੀ ਹੁੰਦਾ, ਦੋ ਹੱਥ ਨਾਲ ਤੁਸੀਂ ਇਸ ਤਰੀਕੇ ਨਾਲ ਆਟੇ ਨੂੰ ਆਪਣੇ ਹੱਥਾਂ 'ਤੇ ਲੈ ਕੇ ਮਲ ਲਿਓ ਆਟੇ ਨੂੰ। ਦੇਖੋ ਆਟੇ ਦਾ ਕਲਰ ਵੀ ਚੇਂਜ ਹੋ ਗਿਆ ਨਾ ਘਿਓ ਪਾਉਣ ਨਾਲ, ਅਤੇ ਕਿੰਨਾ ਇਹ ਮੁਲਾਇਮ ਜਿਹਾ ਗਿਆ। ਦੇਖੋ ਇਸ ਤਰੀਕੇ ਨਾਲ ਆਪਣਾ ਆਟਾ ਜਿਹੜਾ ਸਹੀ ਆ, ਘਿਓ ਜਿਹੜਾ ਆਪਾਂ ਪਾਇਆ ਮੋਣ ਸਹੀ ਪਾਇਆ। ਬਾਕੀ ਤੁਸੀਂ ਆਪਦੇ ਅਕੋਰਡਿੰਗ ਪਾ ਸਕਦੇ ਆ, ਜ਼ਿਆਦਾ ਭੁਰਭਰੀਆਂ ਜਾਂ ਚਾਹੁੰਦੇ ਆ ਰੋਟੀਆਂ ਤਾਂ ਜ਼ਿਆਦਾ ਆਟ ਵਿੱਚ ਪਾ ਸਕਦੇ ਹਾਂ। ਮਿਕਸ ਹੋ ਗਿਆ ਆਪਣਾ ਘਿਓ, ਇਹ ਥੋੜ੍ਹੀ ਜਿਹੀ ਆਪਾਂ ਅੱਧਾ ਕੁ ਚਮਚ ਸੌਂਫ ਦਾ ਲੈ ਲਿਆ ਵਾ, ਅਤੇ ਇਹਨੂੰ ਇਹਦੇ ਵਿੱਚ ਐਡ ਕਰ ਲਾਂਗੇ ਮਿਕਸ, ਅਤੇ ਇਹਨੂੰ ਵੀ ਆਪਾਂ ਮਿਕਸ ਕਰ ਲਾਂਗੇ। ਅਤੇ ਹੁਣ ਆਪਾਂ ਕੀ ਕਰਾਂਗੇ, ਆ ਜਿਹੜਾ ਪਾਣੀ ਬਣਾਇਆ ਸੀ ਆਪਾਂ ਗੁੜ ਵਾਲਾ, ਥੋੜ੍ਹਾ ਥੋੜ੍ਹਾ ਵਿੱਚ ਪਾਈ ਜਾਵਾਂਗੇ ਆਟੇ ਦੇ, ਅਤੇ ਆਟਾ ਗੁੰਨ ਲਾਂਗੇ। ਇਹ ਆਟਾ ਜਿਹੜਾ ਹਾਰਡ ਨਹੀਂ ਹੋਣਾ ਚਾਹੀਦਾ, ਨਾ ਜ਼ਿਆਦਾ ਸੌਫਟ ਹੋਵੇ ਨਾ ਜ਼ਿਆਦਾ ਹਾਰਡ ਹੋਵੇ, ਮੀਡੀਅਮ, ਜਿੱਦਾਂ ਆਪਾਂ ਰੋਟੀਆਂ ਬਣਾਉਣ ਲਈ ਆਟਾ ਗੁੰਨਦੇ ਹਾਂ ਉਸ ਤਰੀਕੇ ਦਾ ਆਟਾ ਗੁੰਨਣਾ ਤੁਸੀਂ।
अपना आटा जिहड़ा देखो मैं गुन्न लिया वा, तो हम चंगे तरीके आप मुलायम जिहा कर लो। अपना आटा जिहड़ा रेडी आ, इत्ते बस थोड़ा जिहा आपां घिओ लगा देंगे। तो हुण इहनू 10 मिनट वास्ते आपां स्टे दे दिंदे आ, फिर दोबारा इहनू एक बारी रगड़ लाँगे। आटा जिहड़ा सैट हो चुका सी, इहनू आपां फिर तो एक बारी गुन्न लैंदे आ। अपनी रोटी जी सही बेल जाए ना जाए, तो हम आप एक पेड़ा ले लेंगे तो यदि रोटी बनावे। हम आप रोटी बेलते हैं, रोटी ना ज़्यादा मोटी बनाइए ना ज़्यादा पतली बनाइए, ठीक है जी बनाइए। रोटी जी वेलनी है देखो, तो हुण इहनू आपां बनाउने आ। तवा आपां रख लिया वा, तवे नू स्लो ते ही रखना वा तां कि अपनी रोटी जिहड़ी सड़ ना जावे। क्योंकि जिहड़ी गुड़ वाली रोटी हुंदी है थोड़ा पक्कण नू टाइम लैंदी हुंदी है, इस लई स्लो गैस ते रोटियां बनावांगे। इहनू आपां पलट दांगे, तो जो उधरली साइड तो थोड़ी जी हो जूगी उस तो बाद आप इतने घ्यो लगा दो। चलो जी हम इतने आप घ्यो लगा देंगे, रोटियां जड़ियां सारियां रेडी करी जाने। अपनियां गुड़ वालियां मिठियां रोटियां रेडी है, देखो इन्नियां वधिया बनियां। तो इन्हां नूं इंजॉय करो तुसीं हमेशा अंब दे अचार नाल, क्योंकि जिहड़ी मिठी रोटी आपां बनाउंदे आ उह अंब दे अचार नाल बहुत ही ज़्यादा यम्मी लगदी है। मैं तां इहीं खांदी आ, बाकियां दा मैनूं पता नहीं, पर अंब दे अचार नाल बहुत ही ज़्यादा वधिया लगदी है रोटी। तो अपनियां रोटियां जिहड़ियां रेडी आ, तो हुण आपां सारिआं नूं खवाउंदे आ। तो कमेंट में दस्सिओ तुहानू इह रैसिपी किवें दी लगी, तो किनू किनू अंब दे अचार नाल मिठी रोटी पसंद आ कमेंट में जरूर दस्सिओ। आवो रोटी हलो मम्मी, 10 साल बाद अज मैं पहली बार बनाई खा के दसो किवें दी बनी, क्योंकि मैं तो पहली बार बनाया सी देग बनाई सी मिठिया रोटियां नहीं बनाइया सी, तो अज 10 साल बाद मम्मी ने मिठिया रोटियां बना के खवाने। रोटी किवें दी लगी तैनू मिठी रोटी? मिठिया रोटिया खा के वेखो तुम मठिया बन गई पता नहीं कद हो गया मोन वगैरह तो सारा पाया इत मक्की का आटा मिक्स है मेरी मेरी रेसिपी अभी खराब करी वो आटा का पैकेट प्याज मक्की का मैं सर कर ला दे चक के ये ताई सख्त बढ़िया फिर।